ਟਾਇਰ ਫਟਣ ਦੇ ਕਾਰਨ ਇੱਕ ਟਰੱਕ ਸੜਕ ਦੇ ਕਿਨਾਰੇ ਪਲਟੀ ਹੋ ਗਿਆ। ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਕਾਫੀ ਸਬਜ਼ੀਆਂ ਲੱਦੀਆਂ ਹੋਈਆਂ ਸੀ ਤੇ ਜਦੋਂ ਇਹ ਹਾਈਵੇ ਦੇ ਉੱਤੇ ਜਾ ਰਿਹਾ ਸੀ ਤਾਂ ਅਚਾਨਕ ਹੀ ਇਸ ਦਾ ਅਗਲਾ ਟਾਇਰ ਜੋ ਹੈ ਉਹ ਫਟ ਜਾਂਦਾ ਹੈ ਤੇ ਉਸ ਦੇ ਕਾਰਨ ਇਹ ਸੜਕ ਦੇ ਕਿਨਾਰੇ ਪਲਟੀ ਹੋ ਜਾਂਦਾ। ਜਿਵੇਂ ਇਹ ਟਰੱਕ ਪਲਟੀ ਹੁੰਦਾ ਤਾਂ ਸਾਰੀ ਹੀ ਸਬਜ਼ੀਆਂ ਸੜਕ ਦੇ ਉੱਤੇ ਖਿਲਰ ਜਾਂਦੀਆਂ ਨੇ, ਜਿਸ ਦੇ ਕਾਰਨ ਆਵਾਜਾਈ ਜੋ ਹੈ ਉਹ ਸਾਰੀ ਹੀ ਜਾਮ ਹੋ ਜਾਂਦੀ ਹੈ। ਮੌਕੇ ਦੇ ਉੱਤੇ ਪਹੁੰਚੀ ਪੁਲਿਸ ਦੇ ਵੱਲੋਂ ਸਬਜ਼ੀਆਂ ਨੂੰ ਹਟਾ ਕੇ ਆਵਾਜਾਈ ਨੂੰ ਬਹਾਲ ਕੀਤਾ ਗਿਆ ਤੇ ਇਸ ਦੇ ਨਾਲ ਹੀ ਹੁਣ ਟਰੱਕ ਨੂੰ ਵੀ ਸਿੱਧਾ ਕਰਨ ਦੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਇੱਕ ਟਰੱਕ ਸ਼ਿਮਲਾ ਤੋਂ ਸਬਜ਼ੀਆਂ ਲੈ ਕੇ ਤੁਰਿਆ ਸੀ ਤੇ ਜਿਵੇਂ ਹੀ ਜ਼ੀਰਕਪੁਰ ਦੇ ਅੰਬਾਲਾ ਹਾਈਵੇ ਦੇ ਉੱਤੇ ਪਹੁੰਚਦਾ ਤਾਂ ਉੱਥੇ ਜਾ ਕੇ ਅਚਾਨਕ ਹੀ ਇਸਦਾ ਅਗਲਾ ਟਾਇਰ ਫਟ ਜਾਂਦਾ, ਜਿਸ ਤੋਂ ਬਾਅਦ ਇਹ ਟਰੱਕ ਸੜਕ ਦੇ ਕਿਨਾਰੇ ਪਲਟੀ ਹੋ ਜਾਂਦਾ। ਗਨੀਮਤ ਰਹਿੰਦੀ ਹੈ ਕਿ ਅੱਗੇ ਅਤੇ ਪਿੱਛੇ ਕੋਈ ਵੀ ਹੋਰ ਵਾਹਨ ਨਹੀਂ ਆਉਂਦਾ, ਨਹੀਂ ਤਾਂ ਕੋਈ ਨਾ ਕੋਈ ਵੱਡਾ ਹਾਦਸਾ ਜ਼ਰੂਰ ਵਾਪਰ ਸਕਦਾ ਸੀ। ਤਾਂ ਜ਼ੀਰਕਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਸਬਜ਼ੀਆਂ ਦੇ ਨਾਲ ਭਰਿਆ ਹੋਇਆ ਟਰੱਕ ਪਲਟੀ ਹੋਇਆ ਤੇ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਇਹ ਟਰੱਕ ਪਲਟਦਾ ਤਾਂ ਸਬਜ਼ੀਆਂ ਜੋ ਨੇ ਉਹ ਸੜਕ ਦੇ ਉੱਤੇ ਖਿਲਰ ਜਾਂਦੀਆਂ ਨੇ ਤੇ ਇਸ ਦੇ ਨਾਲ ਹੀ ਜੋ ਟਰੱਕ ਦੇ ਨੀਚੇ ਟਾਇਰ ਹੁੰਦਾ ਉਹ ਵੀ ਟਰੱਕ ਦੀ ਬੋਡੀ ਦੇ ਨਾਲੋਂ ਵੱਖ ਹੋ ਜਾਂਦਾ। ਗਨੀਮਤ ਰਹਿੰਦੀ ਹੈ ਕਿ ਕੋਈ ਹੋਰ ਇਸਦੀ ਚਪੇਟ ਦੇ ਵਿੱਚ ਨਹੀਂ ਆਉਂਦਾ, ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਇੱਕ ਵੱਡਾ ਹਾਦਸਾ ਜ਼ਰੂਰ ਵਾਪਰਿਆ, ਕਿਉਂਕਿ ਦੱਸ ਦਈਏ ਕਿ ਇਹ ਉਹ ਹਾਈਵੇ ਹੈ ਜਿਸ ਦੇ ਉੱਤੇ ਪਰਮਾਨੈਂਟ ਤਰੀਕੇ ਦੇ ਨਾਲ ਆਵਾਜਾਈ ਜੋ ਹੈ ਲਗਾਤਾਰ ਚੱਲਦੀ ਰਹਿੰਦੀ ਹੈ, ਟ੍ਰੈਫਿਕ ਵੀ ਇਸ ਦੇ ਉੱਤੇ ਹੁੰਦਾ, ਪਰ ਰਾਤ ਦੇ ਸਮੇਂ ਇਹ ਹਾਦਸਾ ਵਾਪਰਿਆ ਗਿਆ ਜਿਸ ਦੇ ਕਾਰਨ ਦੱਸਿਆ ਜਾ ਰਿਹਾ ਕਿ ਜ਼ਿਆਦਾ ਟ੍ਰੈਫਿਕ ਨਹੀਂ ਸੀ। ਨਹੀਂ ਜੇਕਰ ਜੇ ਇਹ ਦਿਨ ਦੇ ਵਿੱਚ ਹਾਦਸਾ ਵਾਪਰਿਆ ਹੁੰਦਾ ਤਾਂ ਕੋਈ ਨਾ ਕੋਈ ਅਣਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ। ਤਾਂ ਜ਼ੀਰਕਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਸਬਜ਼ੀਆਂ ਦੇ ਨਾਲ ਭਰਿਆ ਹੋਇਆ ਟਰੱਕ ਸੜਕ ਦੇ ਕਿਨਾਰੇ ਪਲਟੀ ਹੋ ਗਿਆ। ਹਾਦਸਾ ਹੋਣੇ ਦਾ ਕਾਰਨ ਕਿਆ ਹੈ ਜੀ? ਟਾਇਰ ਫਟ ਗਿਆ ਜੀ ਅਗਲਾ ਨਾ। ਅੱਛਾ, ਇਸੇ ਅੱਗੇ ਆਪਕੇ ਅੱਗੇ ਕੋਈ ਗਾੜੀ ਜਾਂ ਕੁਛ ਨਹੀਂ? ਕੋਈ ਕਿਸੇ ਹੋਰ ਦਾ ਨੁਕਸਾਨ ਨਹੀਂ? ਕਿਸੇ ਦਾ ਕੁਛ ਨਹੀਂ, ਆਪਣਾ ਹੀ ਮਾਲ ਦਾ ਨੁਕਸਾਨ ਹੋਆ, ਬਾਕੀ ਨਾ ਹਮਾਰੀ ਜਾਨ ਕੋ ਵੀ ਬਚ ਗਈ, ਬਚਾ ਹੋ ਗਈ। ਕਿਸੇ ਦੇ ਚੋਟ ਤਾਂ ਨਹੀਂ ਆਈ? ਡਰਾਈਵਰ ਕਿਸੇ ਕੋ ਨਹੀਂ ਲੱਗੀ? ਕੌਣ ਡਰਾਈਵਰ ਚਲਾ ਰਹਾ ਦਾ? ਉਹ ਮਾਲਕ ਹੀ ਹੈ, ਖੁਦ ਮਾਲਕ ਖੁਦ ਚਲਾ ਰਹਾ, ਖੁਦ ਮਾਲਕ। ਟਾਇਰ ਫਟਣ ਦੇ ਕਾਰਨ ਇੱਕ ਟਰੱਕ ਸੜਕ ਦੇ ਕਿਨਾਰੇ ਪਲਟੀ ਹੋ ਗਿਆ। ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਕਾਫੀ ਸਬਜ਼ੀਆਂ ਲੱਦੀਆਂ ਹੋਈਆਂ ਸੀ ਤੇ ਜਦੋਂ ਇਹ ਹਾਈਵੇ ਦੇ ਉੱਤੇ ਜਾ ਰਿਹਾ ਸੀ ਤਾਂ ਅਚਾਨਕ ਹੀ ਇਸਦਾ ਅਗਲਾ ਟਾਇਰ ਜੋ ਹੈ ਉਹ ਫਟ ਜਾਂਦਾ ਤੇ ਉਸ ਦੇ ਕਾਰਨ ਇਹ ਸੜਕ ਦੇ ਕਿਨਾਰੇ ਪਲਟੀ ਹੋ ਜਾਂਦਾ। ਜਿਵੇਂ ਇਹ ਟਰੱਕ ਪਲਟੀ ਹੁੰਦਾ ਤਾਂ ਸਾਰੀ ਹੀ ਸਬਜ਼ੀਆਂ ਸੜਕ ਦੇ ਉੱਤੇ ਖਿਲਰ ਜਾਂਦੀਆਂ ਨੇ, ਜਿਸ ਦੇ ਕਾਰਨ ਆਵਾਜਾਈ ਜੋ ਹੈ ਉਹ ਸਾਰੀ ਹੀ ਜਾਮ ਹੋ ਜਾਂਦੀ ਹੈ। ਮੌਕੇ ਦੇ ਉੱਤੇ ਪਹੁੰਚੀ ਪੁਲਿਸ ਦੇ ਵੱਲੋਂ ਸਬਜ਼ੀਆਂ ਨੂੰ ਹਟਾ ਕੇ ਆਵਾਜਾਈ ਨੂੰ ਬਹਾਲ ਕੀਤਾ ਗਿਆ ਤੇ ਇਸ ਦੇ ਨਾਲ ਹੀ ਹੁਣ ਟਰੱਕ ਨੂੰ ਵੀ ਸਿੱਧਾ ਕਰਨ ਦੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਇੱਕ ਟਰੱਕ ਸ਼ਿਮਲਾ ਤੋਂ ਸਬਜ਼ੀਆਂ ਲੈ ਕੇ ਤੁਰਿਆ ਸੀ ਤੇ ਜਿਵੇਂ ਹੀ ਜ਼ੀਰਕਪੁਰ ਦੇ ਅੰਬਾਲਾ ਹਾਈਵੇ ਦੇ ਉੱਤੇ ਪਹੁੰਚਦਾ ਤਾਂ ਉੱਥੇ ਜਾ ਕੇ ਅਚਾਨਕ ਹੀ ਇਸਦਾ ਅਗਲਾ ਟਾਇਰ ਫਟ ਜਾਂਦਾ, ਜਿਸ ਤੋਂ ਬਾਅਦ ਇਹ ਟਰੱਕ ਸੜਕ ਦੇ ਕਿਨਾਰੇ ਪਲਟੀ ਹੋ ਜਾਂਦਾ। ਗਨੀਮਤ ਰਹਿੰਦੀ ਹੈ ਕਿ ਅੱਗੇ ਅਤੇ ਪਿੱਛੇ ਕੋਈ ਵੀ ਹੋਰ ਵਾਹਨ ਨਹੀਂ ਆਉਂਦਾ, ਨਹੀਂ ਤਾਂ ਕੋਈ ਨਾ ਕੋਈ ਵੱਡਾ ਹਾਦਸਾ ਜ਼ਰੂਰ ਵਾਪਰ ਸਕਦਾ ਸੀ। ਤਾਂ ਜ਼ੀਰਕਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਸਬਜ਼ੀਆਂ ਦੇ ਨਾਲ ਭਰਿਆ ਹੋਇਆ ਟਰੱਕ ਪਲਟੀ ਹੋਇਆ ਤੇ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਇਹ ਟਰੱਕ ਪਲਟਦਾ ਤਾਂ ਸਬਜ਼ੀਆਂ ਜੋ ਨੇ ਉਹ ਸੜਕ ਦੇ ਉੱਤੇ ਖਿਲਰ ਜਾਂਦੀਆਂ ਨੇ ਤੇ ਇਸ ਦੇ ਨਾਲ ਹੀ ਜੋ ਟਰੱਕ ਦੇ ਨੀਚੇ ਟਾਇਰ ਹੁੰਦਾ ਉਹ ਵੀ ਟਰੱਕ ਦੀ ਬੋਡੀ ਦੇ ਨਾਲੋਂ ਵੱਖ ਹੋ ਜਾਂਦਾ। ਗਨੀਮਤ ਰਹਿੰਦੀ ਹੈ ਕਿ ਕੋਈ ਹੋਰ ਇਸਦੀ ਚਪੇਟ ਦੇ ਵਿੱਚ ਨਹੀਂ ਆਉਂਦਾ, ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਇੱਕ ਵੱਡਾ ਹਾਦਸਾ ਜ਼ਰੂਰ ਵਾਪਰਿਆ, ਕਿਉਂਕਿ ਦੱਸ ਦਈਏ ਕਿ ਇਹ ਉਹ ਹਾਈਵੇ ਹੈ ਜਿਸ ਦੇ ਉੱਤੇ ਪਰਮਾਨੈਂਟ ਤਰੀਕੇ ਦੇ ਨਾਲ
ਆਵਾਜਾਈ ਜੋ ਹੈ ਲਗਾਤਾਰ ਚੱਲਦੀ ਰਹਿੰਦੀ ਹੈ, ਟ੍ਰੈਫਿਕ ਵੀ ਇਸਦੇ ਉੱਤੇ ਹੁੰਦਾ ਹੈ। ਪਰ ਰਾਤ ਦੇ ਸਮੇਂ ਇਹ ਹਾਦਸਾ ਵਾਪਰਿਆ ਗਿਆ, ਜਿਸ ਦੇ ਕਾਰਨ ਦੱਸਿਆ ਜਾ ਰਿਹਾ ਕਿ ਜ਼ਿਆਦਾ ਟ੍ਰੈਫਿਕ ਨਹੀਂ ਸੀ। ਨਹੀਂ, ਜੇਕਰ ਜੇ ਇਹ ਦਿਨ ਦੇ ਵਿੱਚ ਹਾਦਸਾ ਵਾਪਰਿਆ ਹੁੰਦਾ ਤਾਂ ਕੋਈ ਨਾ ਕੋਈ ਅਣਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ। ਤਾਂ ਜ਼ੀਰਕਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਸਬਜ਼ੀਆਂ ਦੇ ਨਾਲ ਭਰਿਆ ਹੋਇਆ ਟਰੱਕ ਸੜਕ ਦੇ ਕਿਨਾਰੇ ਪਲਟੀ ਹੋ ਗਿਆ। ਹਾਦਸਾ ਹੋਣੇ ਦਾ ਕਾਰਨ ਕੀ ਹੈ ਜੀ? ਟਾਇਰ ਫਟ ਗਿਆ ਜੀ, ਅਗਲਾ ਨਾ ਇਸੇ ਅੱਗੇ ਆਪਕੇ ਅੱਗੇ ਕੋਈ ਗਾੜੀ ਜਾਂ ਕੁਛ ਨਹੀਂ, ਕੋਈ ਕਿਸੇ ਹੋਰ ਦਾ ਨੁਕਸਾਨ ਨਹੀਂ, ਕਿਸੇ ਦਾ ਕੁਛ ਨਹੀਂ ਹੋਇਆ, ਆਪਣਾ ਹੀ ਮਾਲ ਦਾ ਨੁਕਸਾਨ ਹੋਇਆ, ਬਾਕੀ ਨਾ ਹਮਾਰੀ ਜਾਨ ਕੋ ਵੀ ਬਚ ਗਈ, ਬਚਾ ਹੋ ਗਈ। ਕਿਸੇ ਦੇ ਚੋਟ ਤੋਂ ਨਹੀਂ ਆਈ? ਡਰਾਈਵਰ ਕਿਸੇ ਕੋ ਨਹੀਂ ਲੱਗੀ। ਕੌਣ ਡਰਾਈਵਰ ਚਲਾ ਰਹਾ ਦਾ? ਉਹ ਮਾਲਿਕ ਹੀ ਹੈ, ਖੁਦ ਮਾਲਿਕ ਖੁਦ ਚਲਾ ਰਹਾ, ਖੁਦ ਮਾਲਿਕ।